ਕੀ ਨਾਂ ਸੀ ਜਿਹੜਾ ਤੁਹਾਡੇ ਕੀ ਲੱਗਦਾ ਸੀ ਆਪਣੇ ਬੇਟਾ ਮੇਰਾ ਤੇ ਕਿੱਥੇ ਗਿਆ ਤੇ ਕਿਸ ਤਰ੍ਹਾਂ ਡੈਥ ਹੋਈ ਬਸ ਵੈਸੇ ਹੀ ਘਰੋਂ ਮੇਰੇ ਕੋਲ ਤਾਂ ਗਿਆ ਏ ਹਾਂਜੀ ਮੈਨੂੰ ਕੀ ਪਤਾ ਸੀ ਅੱਗੇ ਕੀ ਏ ਮੇਰੇ ਮੈਨੂੰ ਮੇਰੇ ਕੋਲ ਤਾਂ ਉਹੀ ਤੁਰਿਆ ਗਿਆ ਏ ਮੈਨੂੰ ਤਾਂ ਕੁਛ ਦੱਸ ਕੇ ਵੀ ਨਹੀਂ ਗਿਆ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜਿਹੜਾ ਉਹਦਾ ਸਾਨੂੰ ਤਾਂ ਕਹੇ ਤਾਂ ਪਾਲਣ ਗਏ ਸਾਂਦੇ ਪੁਲਿਸ ਵਾਲਿਆਂ ਨੇ ਫੋਨ ਕੀਤਾ ਏ ਕਹਿੰਦੇ ਤੁਹਾਡੀ ਸਕੂਟਰੀ ਉੱਥੇ ਖੜੀ ਏ ਅਸੀਂ ਉੱਥੋਂ ਸਕੂਟਰੀ ਵੇਖੀ ਜਾ ਕੇ ਉੱਥੋਂ ਚੱਪਲਾਂ ਵੀ ਸੀ ਸਾਰਾ ਕੁਛ ਪਿਆ ਸੀ ਦਾ ਸਾਨੂੰ ਤਾਂ ਪਤਾ ਲੱਗਾ ਸਾਨੂੰ ਤਾਂ ਕੁਛ ਨਹੀਂ ਸੀ ਪਤਾ ਅਸੀਂ ਦਰਖਾਸਤ ਵੀ ਦੇਤੀ ਸਾਡੀ ਤਾਂ ਵੀ ਨਹੀਂ ਸੁਣਾਈ ਸਾਨੂੰ ਜਿਨ੍ਹਾਂ ਦੇ ਛੱਕ ਉਹ ਕੰਜਰ ਸਾਡੇ ਬਾਹਰ ਫਿਰਦੇ ਨੇ ਉਹਨਾਂ ਸਾਡੀ ਕੋਈ ਗੱਲ ਨਹੀਂ ਅਜੇ ਤੱਕਰ ਪੁਲਿਸ ਨੇ ਸੁਣੀ ਇਨਸਾਫ ਚਾਹੀਦਾ ਏ ਜੇ ਸਾਡਾ ਪੁੱਤਰ ਗਿਆ ਸੀ ਤਾਂ ਲੋਕਾਂ ਦੇ ਪੁੱਤਰ ਵੀ ਆਈ ਜਾਣ ਮੇਰੇ ਸਾਹਮਣੇ ਕਿਉਂ ਤੁਰਨ ਗਏ ਮੈਂ ਤਾਂ ਨਹੀਂ ਹਾਂ ਉਹਨਾਂ ਦੇ ਪੁੱਤਰ ਵੀ ਆਈ ਮਰਨ ਤੇ ਆਏ ਮੈਂ ਵੇਖਾਂ ਮੈਂ ਉਹ ਖੁਸ਼ ਹੋਵਾਂ ਦੀ ਜਦੋਂ ਮੈਨੂੰ ਇਨਸਾਫ ਕਰ ਦੇਵੇ ਦੀ ਕੀ ਨਾਂ ਕੀ ਲੱਗਦਾ ਸੀ ਆਪਣਾ ਮੇਰਾ ਬੇਟਾ ਸੀ ਹਾਂ ਕਿਸ ਤਰ੍ਹਾਂ ਦੀ ਡੈਥ ਹੋਈ ਕਿੰਨੀ ਕੁ ਉਮਰ ਸੀਗੀ 22 ਸਾਲ ਦੀ ਉਮਰ ਸੀ ਜਿਹੜਾ 25 ਤਰੀਕ ਨੂੰ ਸਵੇਰ ਕਰਕੇ ਗਿਆ ਘਰੋਂ 10 ਵਜੇ ਤੇ ਜਿਹੜਾ ਹਜੇ ਤੱਕ ਪਹੁੰਚਿਆ ਨਹੀਂ ਗੱਡੀ ਸ਼ਹਿਰ ਤੋਂ ਆਇਆ ਸਮਾਨ ਸਾਨੂੰ ਮਿਲਿਆ ਪੁਲਿਸ ਵਾਲਿਆਂ ਨੇ ਸਾਨੂੰ ਪਤਾ ਕੀਤਾ 4:30 ਵਜੇ ਤੇ ਸਾਡੀ ਕਾਰਵਾਈ ਕੀਤੀ ਜਾਵੇ ਤੇ ਤੁਸੀਂ ਕੀ ਮੰਗ ਕੀ ਕਰਦੇ ਹੋ ਸਰਕਾਰ ਬਸ ਕਾਰਵਾਈ ਕੀਤੀ ਜਾਵੇ ਸਾਨੂੰ ਸਭ ਪਤਾ ਲੱਗ ਜੇ ਠੀਕ ਸਾਨੂੰ ਕੰਜਰਾਂ ਨੇ ਕੀ ਲੱਗਦੇ ਸੀ ਆਪਣੇ ਮੈਂ ਆਕਾਸ਼ਦੀਪ ਦਾ ਮਾਮਾ ਜੀ ਹਾਂ ਤੇ ਡੈਥ ਜਿਹੜੀ ਅੱਜ ਡੈਡ ਬੋਡੀ ਮਿਲੀ ਕਿਸ ਤਰ੍ਹਾਂ ਮਿਲੀ ਤੁਹਾਨੂੰ ਕਿਸ ਹਾਲ ਸਰ ਅਸੀਂ ਨਾ ਅੱਜ ਵੀਰਵਾਰ ਤੋਂ ਤੁਹਾਨੂੰ ਪਤਾ ਲੱਗਿਆ ਸੀਗਾ ਵੀ ਟਰੈਕਟਰਾਂ ਖੜੀ ਆ ਵੀ ਕੁੱਲਗੜੀ ਵਾਲਾ ਅਠਾੜੇ ਨੇ ਸਾਨੂੰ ਫੋਨ ਕੀਤਾ ਇਹਨਾਂ ਦੇ ਡੈਡੀ ਨੂੰ ਤੇ ਪ੍ਰਾਹੁਣੇ ਨੇ ਸਾਨੂੰ ਫੋਨ ਕੀਤਾ ਅਸੀਂ ਉੱਥੇ ਪਹੁੰਚੇ ਅੱਜ 4 ਦਿਨ ਹੋ ਗਏ ਆ ਚੌਥੇ ਦਿਨ ਸਾਨੂੰ ਲਾਸ਼ ਜਾ ਕੇ ਇਹ ਫਾਜ਼ਿਲਕਾ ਦੀ ਸ਼ੂਗਰ ਮਿੱਲ ਦੇ ਕੋਲੋਂ ਲਾਗੋ ਮਿਲੀ ਹੈ ਉਹ ਖੁੱਲ੍ਹੀ ਵੀ ਉਹ ਬਿਲਕੁਲ ਬੇਕਾਰ ਹੋ ਚੁੱਕੀ ਸੀਗੀ ਸਾਨੂੰ ਕਈ ਤਰ੍ਹਾਂ ਦੇ ਨਿਸ਼ਾਨ ਵਿੱਚ ਇਹ ਮੌਜੂਦਾ ਨੇ ਜਿਵੇਂ ਕਿਸੇ ਨੇ ਮਾਰ ਕੇ ਸੁੱਟਿਆ ਹੁੰਦਾ ਜਿਵੇਂ ਗਲੇ ਦਾ ਫਾਇਆ ਦਿੱਤਾ ਹੈ ਵੀ ਕਈ ਤਰ੍ਹਾਂ ਦੇ ਨਿਸ਼ਾਨ ਇੱਦਾਂ ਦੇ ਨੇ ਵੀ ਸਾਨੂੰ ਸ਼ੱਕ ਸ਼ੁਬਾ ਹੈ ਵੀ ਸ਼ੱਕ ਦੇ ਆਧਾਰ 'ਤੇ ਕਈ ਹੁਣ ਪੜਤਾਲ ਕੀਤੀ ਜਾਵੇ ਉਹਨਾਂ ਦੀ ਜਾਂਚ ਦੁਆਰਾ ਉਹਨੇ ਦਰਖਾਸਤ ਵੀ ਦਿੱਤੀ ਸੀ ਥਾਣੇ ਅਸੀਂ ਪੁਸ਼ਟੀ ਕਰਾਉਣਾ ਚਾਹੁੰਦੇ ਹੋ ਪੁਸ਼ਟੀ ਹੋਏ ਹਾਂਜੀ ਹਾਂਜੀ ਅੱਛਾ ਤੁਸੀਂ ਜਾਂਚ ਹੋਣੀ ਚਾਹੀਦੀ ਹੈ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਸਾਡਾ ਬੇਟਾ ਕਿਸ ਸਮਝ ਨਾਲ ਕਿਉਂਕਿ ਘਰ ਵੀ ਨਹੀਂ ਲੜ ਕੇ ਗਿਆ ਕਿਸੇ ਪਰਿਵਾਰ ਨਾਲ ਲੜ ਕੇ ਨਹੀਂ ਗਿਆ ਕਿਸੇ ਨਾਲ ਝਗੜ ਕੇ ਨਹੀਂ ਗਿਆ ਪਰਿਵਾਰ ਦੇ ਵਿੱਚ ਕਿਸੇ ਮੈਂਬਰ ਨੂੰ ਪਤਾ ਨਹੀਂ ਗਿਆ ਕਿੱਥੇ ਗਿਆ ਉਹ ਘਰੋਂ ਗਿਆ ਅਤੇ ਵਾਪਸ ਨਹੀਂ ਆਇਆ ਕੀ ਨਾਂ ਕੀ ਸੀ ਅਤੇ ਉਮਰ ਕਿੰਨੀ ਕੁ ਸੀ ਉਮਰ 22 ਸਾਲ ਹੈ ਕੀ ਨਾਂ ਆਕਾਸ਼ਦੀਪ ਨਾਮ ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਇਹਦੇ ਲਈ ਕੀਤੀ ਗਈ ਪੁਲਿਸ ਵੱਲੋਂ ਜਿੰਨੀ ਕੁ ਕਾਰਵਾਈ ਬਣਦੀ ਸੀ ਇੱਥੇ ਕੀਤੀ ਉਹਨਾਂ ਨੇ ਪਰ ਹੁਣ ਬੁਲਾਇਆ ਪੁਲਿਸ ਵਾਲੇ ਆ ਰਹੇ ਨੇ ਦੇਖਦੇ ਹਾਂ ਅੱਗੇ ਕੀ ਕਰਦੇ ਨੇ ਜੀ